ਕਿ ਇੱਕ ਫਿਲਮ ਜੋ ਦਿਲਜੀਤ ਤੁਸਾਂਜ ਵੱਲੋਂ ਬਣਾਈ ਗਈ ਹੈ ਪਰ ਅਜੇ ਤੱਕ ਰਿਲੀਜ਼ ਨਹੀਂ ਹੋਈ ਫਿਲਮ ਦਾ ਨਾਮ ਰੱਖਿਆ ਗਿਆ ਸੀ ਪੰਜਾਬ 95 ਇਸ ਫਿਲਮ ਦਾ ਜਿਹੜਾ ਨਾਮ ਹੈ ਪੰਜਾਬ 95 ਉਹਨੂੰ ਬਦਲਿਆ ਜਾਵੇ ਫਿਲਮ ਦਾ ਨਾਮ ਪੰਜਾਬ 95 ਤੋਂ ਬਦਲ ਕੇ ਸਤਲੁਜ ਰੱਖ ਲਿਆ ਜਾਵੇ ਜਸਵੰਤ ਸਿੰਘ ਖਾਲੜਾ ਉਸ ਦਾ ਜਿਹੜਾ ਨਾਮ ਆ ਉਹ ਵੀ ਬਦਲਿਆ ਜਾਵੇ ਸਤਿ ਸ਼੍ਰੀ ਅਕਾਲ ਦਰਸ਼ਕੋ ਪ੍ਰੋਗਰਾਮ ਬੋਲਦਾ ਪੰਜਾਬ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਇੱਕ ਫਿਲਮ ਜੋ ਦਿਲਜੀਤ ਦੋਸਾਂਜ ਵੱਲੋਂ ਬਣਾਈ ਗਈ ਹੈ ਪਰ ਅਜੇ ਤੱਕ ਰਿਲੀਜ਼ ਨਹੀਂ ਹੋਈ ਫਿਲਮ ਦਾ ਨਾਮ ਰੱਖਿਆ ਗਿਆ ਸੀ ਪੰਜਾਬ 95 ਮਤਲਬ ਕਿ ਪੰਜਾਬ 95 ਹੁਣ ਉਸ ਫਿਲਮ ਦੇ ਉੱਪਰ ਵੀ ਜਿਹੜਾ ਸੈਂਸਰ ਬੋਰਡ ਆ ਉਹਦੇ ਵੱਲੋਂ ਲਗਭਗ 80 ਦੇ ਕਰੀਬ ਕੱਟ ਪਹਿਲਾਂ ਲਾਏ ਗਏ ਜਦ ਕਿ ਹੁਣ ਉਹ ਕੱਟ ਵਧਾ ਕੇ 100 ਤੋਂ ਪਾਰ ਹੋ ਗਏ 120 ਦੇ ਨੇੜੇ ਪਹੁੰਚ ਗਏ ਨੇ ਸੋ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਫਿਲਮ ਨੂੰ ਇਸ ਫਿਲਮ ਦਾ ਜਿਹੜਾ ਨਾਮ ਹੈ ਪੰਜਾਬ 95 ਉਹਨੂੰ ਬਦਲਿਆ ਜਾਵੇ ਸੁਝਾ ਦਿੱਤਾ ਗਿਆ ਕਿ ਇਸ ਫਿਲਮ ਦਾ ਨਾਮ ਪੰਜਾਬ 95 ਤੋਂ ਬਦਲ ਕੇ ਸਤਲੁਜ ਰੱਖ ਲਿਆ ਜਾਵੇ ਤੇ ਇਸ ਦੇ ਨਾਲ ਇਹ ਵੀ ਸੁਝਾ ਦਿੱਤਾ ਗਿਆ ਕਿ ਫਿਲਮ ਦਾ ਜਿਹੜਾ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਉਸ ਦਾ ਜਿਹੜਾ ਨਾਮ ਆ ਉਹ ਵੀ ਬਦਲਿਆ ਜਾਵੇ ਤੇ ਜੇ ਫਿਲਮ ਦਾ ਕਿਰਦਾਰ ਦਾ ਨਾਮ ਬਦਲ ਦਿੱਤਾ ਗਿਆ ਫਿਰ ਫਿਲਮ ਦੇ ਭੱਲੇ ਕੀ ਰਹਿ ਜਾਏਗਾ ਸੋ ਅੱਜ ਇਸ ਤੇ ਪੂਰੀ ਗੱਲਬਾਤ ਕਰਾਂਗੇ ਕਿ ਆਖਰ ਜਸਵੰਤ ਸਿੰਘ ਖਾਲੜਾ ਕੌਣ ਸੀ ਤੇ ਇਸ ਦੇ ਉੱਪਰ ਜਿਹੜੀ ਫਿਲਮ ਪੂਰੀ ਕਿਉਂ ਬਣਾਈ ਗਈ ਸੋ ਗੱਲਬਾਤ ਕਰਨ ਲਈ ਮੇਰੇ ਸਹਿਯੋਗੀ ਦਰਸ਼ਨ ਸਿੰਘ ਦਰਸ਼ਕ ਮੇਰੇ ਨਾਲ ਮੌਜੂਦ ਨੇ ਦਰਸ਼ਕ ਤੁਹਾਡਾ ਪ੍ਰੋਗਰਾਮ ਬੋਲਦਾ ਪੰਜਾਬ ਵਿੱਚ ਸਵਾਗਤ ਹੈ ਸਤਿ ਸ਼੍ਰੀ ਅਕਾਲ ਐ ਸਭ ਤੋਂ ਪਹਿਲਾਂ ਆਪਾਂ ਇਹ ਦੱਸੋ ਦਰਸ਼ਕਾਂ ਨੂੰ ਵੀ ਜਸਵੰਤ ਸਿੰਘ ਖਾਲੜਾ ਹੈ ਕੌਣ ਸੀ ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸੀਗੇ ਤੇ ਜਦੋਂ ਪੰਜਾਬ ਦੇ ਵਿੱਚ 1980 ਤੇ 1990 ਦੇ ਦਹਾਕੇ ਦੇ ਵਿੱਚ ਲਗਾਤਾਰ ਨੌਜਵਾਨਾਂ ਨੂੰ ਪੁਲਿਸ ਵੱਲੋਂ ਮਾਰਿਆ ਜਾ ਰਿਹਾ ਸੀਗਾ ਉਹਨਾਂ ਦੇ ਐਨਕਾਊਂਟਰ ਕੀਤੇ ਜਾ ਰਹੇ ਜਦੋਂ ਪੰਜਾਬ ਜੱਤਵਾਦ ਦਾ ਦੌਰ ਮੰਨ ਲਈਏ ਪੱਤਵਾਦ ਦਾ ਉਸ ਦੌਰ ਚ ਪੂਰਾ ਦੌਰ ਸੀਗਾ ਤੇ ਉਸ ਸਮੇਂ ਜਿਹੜੇ ਪੁਲਿਸ ਨੂੰ ਪੂਰੇ ਜਿਹੜਾ ਖੁੱਲੇ ਮਤਲਬ ਹੱਕ ਦਿੱਤੇ ਅਧਿਕਾਰ ਸਾਰੇ ਦਿੱਤੇ ਅਧਿਕਾਰ ਦਿੱਤੇ ਹੋਏ ਸੀਗੇ ਤੇ ਉਸ ਵੱਲੋਂ ਬਹੁਤ ਸਾਰੇ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ ਜਸਵੰਤ ਸਿੰਘ ਖਾਲੜਾ ਸ਼ੁਰੂਆਤੀ ਦਿਨਾਂ ਦੇ ਵਿੱਚ ਮਾਰਕਸਵਾਦੀ ਸੀਗੇ ਪਰ ਜਦੋਂ ਉਹਨਾਂ ਨੂੰ ਇੱਕ ਵਾਰੀ ਇਹ ਪਤਾ ਲੱਗਿਆ ਕਿ ਉਹਨਾਂ ਦਾ ਇੱਕ ਮਿੱਤਰ ਜਿਹੜਾ ਕੋਰਪੋਰੇਟ ਬੈਂਕ ਦੇ ਵਿੱਚ ਲੱਗਿਆ ਹੋਇਆ ਸੀਗਾ ਉਸ ਦਾ ਜਿਹੜਾ ਹੈ ਐਂਕਾਊਂਟਰ ਹੋ ਗਿਆ ਤੇ ਉਸ ਦੀ ਲਾਸ਼ ਲੱਭੀ ਨਹੀਂ ਹੈਗੀ ਤੇ ਉਸ ਲਾਸ਼ ਨੂੰ ਲੱਭਣ ਵਾਸਤੇ ਜਸਵੰਤ ਸਿੰਘ ਖਾਲੜਾ ਨੇ ਇੱਕ ਮਹਿੰਮ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਸਾਥੀ ਸੀਗਾ ਉਹ ਉਸ ਦਾ ਇੱਕ ਹੋਰ ਸਾਥੀ ਵੀ ਇਸੇ ਤਰੀਕੇ ਦੇ ਨਾਲ ਐਂਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ ਤੇ ਬਸ ਫਿਰ ਇਥੋਂ ਇੱਕ سلسلہ ਸ਼ੁਰੂ ਹੋ ਗਿਆ ਤੇ 80 ਤੋਂ ਲੈ ਕੇ 90 ਦੇ ਵਿੱਚ ਜਿਹੜਾ 80 ਤੇ 90 ਦਾ ਦਹਾਕਾ ਸੀਗਾ ਲਗਭਗ 10 ਤੋਂ 12 ਸਾਲ ਉਹਦੇ ਵਿੱਚ ਖਾਸ ਕਰਕੇ ਜਦੋਂ ਅੰਮ੍ਰਿਤਸਰ ਮਜੀਠਾ ਤਰਨਤਾਰਨ ਪੱਟੀ ਇੱਥੇ ਦੀ ਜਿਹੜੀ ਮਾਝਾ ਦੁਆਬਾ ਨਹੀਂ ਖਾਸ ਕਰਕੇ ਮਾਝੇ ਖਾਸ ਕਰਕੇ ਮਾਝਾ ਦੁਆਬਾ ਮਾਝੇ ਦੇ ਵਿੱਚ ਹੀ ਇਸ ਤਰ੍ਹਾਂ ਦਾ ਚੱਲਦਾ ਸੀਗਾ ਤਾਂ ਉਸ ਸੰਬੰਧ ਵਿੱਚ ਖਾੜੜਾ ਉਹਨਾਂ ਨੇ ਇਹ ਜਾਂਚ ਕਰਦੀ ਸ਼ੁਰੂ ਕਰ ਦਿੱਤੀ ਕਿ ਇੱਥੇ ਦੇ ਸ਼ਮਸ਼ਾਨ ਘਾਟਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਲਵਾਰਿਸ ਕਹਿ ਕੇ ਲਾਸ਼ਾਂ ਦਾ ਪੁਲਿਸ ਵੱਲੋਂ ਸੰਸਕਾਰ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਇਹ ਇੱਕ ਡਾਇਰੀ ਦੇ ਵਿੱਚ ਨੋਟ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਹਨਾਂ ਨੇ ਇਹ ਦੇਖਿਆ ਕਿ ਜਿਹੜਾ ਹੈਗਾ ਬਹੁਤ ਸਾਰੇ ਅਣ ਗਿਣਤ ਜਿਹੜੇ ਹੈ ਨੌਜਵਾਲ ਮਾਰੇ ਜਾ ਚੁਕੇ ਨੇ 25000 ਦੀ ਲਿਸਟ ਦੱਸ ਰਹੇ ਇਹ ਵੀ ਕੋਈ ਫਿਗਰ ਹੈਗੇ 25000 25000 ਦੀ ਫਿਗਰ ਦੱਸਦੇ ਆ ਤੇ ਅਕਾਲੀ ਦਲ ਨੇ ਵੀ ਉਸ ਸਮੇਂ ਇਹਨਾਂ ਨੂੰ ਸਮਰਥਨ ਦਿੱਤਾ ਆਪਣੇ ਜਿਹੜਾ ਮਨੁੱਖੀ ਅਧਿਕਾਰ ਵਿੰਗ ਹੈ ਉਹਦੇ ਵਿੱਚ ਉਹਨਾਂ ਨੂੰ ਆਦੇਦਾਰ ਬਣਾਇਆ ਗਿਆ ਤੇ ਜਦੋਂ ਉਹ ਲਗਾਤਾਰ ਇਸ ਤਰ੍ਹਾਂ ਦੀ ਖੋਜ ਕਰ ਰਹੇ ਸੀਗੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਪੁਲਿਸ ਵੱਲੋਂ ਕੋ-ਕੋ ਕੇ ਮਾਰਿਆ ਜਾ ਰਿਹਾ ਹੈ ਤੇ ਕਿੰਨੇ ਨੌਜਵਾਨ ਮਰੇ ਨੇ ਹਾਂਜੀ ਤੇ ਇਸ ਸਬੰਧ ਵਿੱਚ ਪੁਲਿਸ ਵੱਲੋਂ ਖਾਲੜਾ ਨੂੰ ਫੋਨ ਆਉਣੇ ਸ਼ੁਰੂ ਕਰਦੇ ਕਿ ਤੁਸੀਂ ਅਜਿਹਾ ਕੰਮ ਕਰਨਾ ਬੰਦ ਕਰ ਦਿਓ ਪਰ ਜਸਵੰਤ ਸਿੰਘ ਖਾਲੜਾ ਆਪਣੇ ਮਿਸ਼ਨ ਦੇ ਵਿੱਚ ਲੱਗੇ ਰਹੇ ਜੀ ਜੀ ਦਰਸ਼ਨ ਜਿਹੜੇ ਫੋਨ ਦੀ ਗੱਲ ਕਰ ਰਹੇ ਆ ਕਿ ਸਰਕਾਰਾਂ ਦਰਸ਼ਨ ਸੇ ਉਹਦੇ ਜਸਵੰਤ ਸਿੰਘ ਖਾਲੜਾ ਦੇ ਨਾਲ ਸੀ ਜਾਂ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਤੁਸੀਂ ਇਹ ਨਹੀਂ ਕਰਨਾ ਨਹੀਂ ਨਹੀਂ ਸਰਕਾਰ ਤਾਂ ਉਸ ਸਮੇਂ ਜਿਹੜੀ ਸੀਗੀ ਪੁਲਿਸ ਦੇ ਨਾਲ ਸੀਗੀ ਪੁਲਿਸ ਜਿਹੜੀ ਸੀਗੀ ਇਹ ਲਗਾਤਾਰ ਐਨਕਾਉਂਟਰ ਕਰ ਰਹੀ ਸੀਗੀ ਸਰਕਾਰ ਦੇ ਨੱਕ ਵਿੱਚ ਦਾ ਦਮ ਹੋਇਆ ਪਿਆ ਸੀ ਲੋਕ ਕੌਣ ਰਿਆ ਸੀ ਉਹਨਾਂ ਨੂੰ ਉਹ ਰੋਕ ਪੁਲਿਸ ਵਾਲੇ ਉਹਨਾਂ ਨੂੰ ਫੋਨ ਕਰ ਰਹੇ ਸੀਗੇ ਵੀ ਤੁਸੀਂ ਇਹ ਕੰਮ ਰੁਕੋ ਕਿਉਂਕਿ ਇਹਦੇ ਨਾਲ ਪੁਲਿਸ ਐਕਸਪੋਜ਼ ਹੋਣੀ ਸੀਗੀ ਕੌਮੀ ਪੱਧਰ ਤੇ ਹੋਣੀ ਸੀ ਕ ਮੰਤਰੀ ਪੱਧਰ ਦੇ ਉੱਤੇ ਇਹ ਪਤਾ ਲੱਗਣਾ ਸੀਗਾ ਕਿ ਪੰਜਾਬ ਪੁਲਿਸ ਵੱਲੋਂ ਇਹ ਨੌਜਵਾਨਾਂ ਦਾ ਕਿਸ ਤਰੀਕੇ ਦੇ ਨਾਲ ਕਤਲ ਕੀਤਾ ਜਾ ਰਿਹਾ ਉਹਨਾਂ ਦੀ ਹੱਤਿਆਵਾਂ ਕੀਤੀਆਂ ਜਾ ਰਹੀਆਂ ਨੇ ਇਸ ਗੱਲ ਕਰਕੇ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰਨਗਰ ਤੋਂ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਚੱਕ ਕੇ ਲੈ ਗਈ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਪਰਮਜੀਤ ਕੌਰ ਜਿਹੜੇ ਕੇ ਸਰਕਾਰੀ ਮੁਲਾਜ਼ਮ ਵੀ ਸੀਗੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਠਾਲੇ ਦੇ ਵਿੱਚ ਐਫ ਆਈ ਆਰ ਦਰਜ ਕਰਾਈ ਤੇ ਪੁਲਿਸ ਦਾ ਫਿਰ ਉਹੀ ਰਵਈਆ ਸੀਗਾ ਅਸੀਂ ਅੱਜ ਲੱਭਦੇ ਆਂ ਕੱਲ ਲੱਭਦੇ ਆਂ ਫਲਾਣਾ ਲੱਭਦੇ ਆਂ ਇਹ ਕਰਦੇ ਆਂ ਉਹ ਕਰਦੇ ਆਂ ਇਸ ਤਰੀਕੇ ਦੇ ਨਾਲ ਇਹ ਉਹ ਜਿਹੜੀ ਜਸਵੰਤ ਸਿੰਘ ਖਾਲੜਾ ਦਾ ਕੁਝ ਵੀ ਪਤਾ ਨਹੀਂ ਲੱਗਿਆ ਗਿਆ ਫਿਰ ਪਰਮਜੀਤ ਕੌਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਦਾਲਤ ਨੇ ਇਸ ਸਾਰੇ ਘਟਨਾਕ੍ਰਮ ਨੂੰ ਦੇਖਦੇ ਹੋਏ ਫਿਰ ਜਿਹੜਾ ਹੈਗਾ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹੈ ਤੇ ਸੀਬੀਆਈ ਨੇ ਫਿਰ ਜਦੋਂ ਜਾਂਚ ਸ਼ੁਰੂ ਕੀਤੀ ਬਹੁਤ ਸਾਰੇ ਜਿਹੜੇ ਲੋਕ ਸੀਗੇ ਇਸ ਦੇ ਵਿੱਚ ਗਵਾਹ ਵੀ ਬਣ ਗਏ ਖਾਸ ਤੌਰ ਤੇ ਜਦੋਂ ਪੁਲਿਸ ਵਾਲੇ ਸੀਗੇ ਕੁਝ ਉਹਨਾਂ ਵਿੱਚ ਵੀ ਗਵਾਹ ਬਣ ਗਏ ਇਸ ਸਬੰਧ ਵਿੱਚ ਇੱਕ ਮੈਂ ਦਿਲਚਸਪ ਕਹਾਣੀ ਵੀ ਦੱਸਦਾ ਕਿ ਇਸ ਘਟਨਾਕ੍ਰਮ ਦਾ ਜਾਂ ਜੋਸਾਨ ਸਿੰਘ ਖਾਲੜਾ ਨੂੰ ਸ਼ਹੀਦ ਕਰਨ ਦੇ ਵਿੱਚ ਅਜੀਤ ਸਿੰਘ ਸੰਧੂ ਜਿਹੜੇ ਉਸ ਸਮੇਂ ਐਸਐਸਪੀ ਸੀਗੇ ਹਾਂ ਉਹਨਾਂ ਦਾ ਬੜਾ ਵੱਡਾ ਹੱਥ ਰਿਹਾ ਤੇ ਉਦੋਂ ਮੈਂ ਪੱਤਰਕਾਰ ਜੀ ਕੇ ਪੀਐਸ ਗਿੱਲ ਦਾ ਵੀ ਹਾਂ ਕੇਪੀਐਸ ਗਿੱਲ ਦੇ ਤੇ ਇਸ਼ਾਰੇ ਦੇ ਤਾਂ ਸਾਰਾ ਕੁਝ ਹੁੰਦਾ ਹੀ ਸੀਗਾ ਉਸ ਦੇ ਵਿੱਚ ਕੇਪੀਐਸ ਗਿੱਲ ਦੇ ਖਾਸ ਖਾਸ ਬੰਦੇ ਸੀਗੇ ਜਿਨ੍ਹਾਂ ਵਿੱਚ ਅਜੀਤ ਸਿੰਘ ਸੰਧੂ ਵੀ ਸੀਗਾ ਇਸੇ ਤਰੀਕੇ ਨਾਲ ਸੈਣੀ ਵੀ ਸੀਗਾ ਜਿਹੜਾ ਆਲਮ ਵੀ ਸੀਗਾ ਇਹ ਸਾਰੇ ਜਿਹੜੇ ਵੀ ਪੁਲਿਸ ਅਫਸਰ ਸੀਗੇ ਉਸ ਸਮੇਂ ਨੌਜਵਾਨਾਂ ਨੂੰ ਲਗਾਤਾਰ ਐਨਕਾਉਂਟਰ ਦੇ ਵਿੱਚ ਮਾਰ ਰਹੇ ਸੀਗੇ ਤਾ ਅਜੀਤ ਸਿੰਘ ਸੰਧੂ ਦੇ ਖਿਲਾਫ ਜਦੋਂ सीबीआई ਦੀ ਜਾਂਚ ਸ਼ੁਰੂ ਹੋ ਗਈ ਤਾਂ ਪਟਿਆਲੇ ਦੀ सीबीआई ਅਦਾਲਤ ਦੇ ਵਿੱਚ ਅਜੀਤ ਸਿੰਘ ਸੰਧੂ ਪੇਸ਼ ਹੋਏ ਤਾਂ ਉਸ ਸਮੇਂ ਅਸੀਂ ਬਤੌਰ ਪੱਤਰਕਾਰ ਅਦਾਲਤ ਦੇ ਵਿੱਚ ਗਏ ਤਾਂ ਆਪਣੇ ਇੱਕ ਪਾਲੀ ਸਾਹਿਬ ਫੋਟੋਗ੍ਰਾਫਰ ਸੀਗੇ ਤੇ ਮੈਂ ਕਿਹਾ ਫੋਟੋ ਖਿੱਚ ਲੈ ਤਾਂ ਸੰਧੂ ਨੇ ਬਹੁਤ ਹੀ ਮਤਲਬ ਹੰਕਾਰ ਦੇ ਵਿੱਚ ਇਹ ਗੱਲ ਕਹੀ ਖਿੱਚ ਲੋ ਖਿੱਚ ਲੋ ਫੋਟੋ ਕੀ ਹੁੰਦਾ ਮੈਨੂੰ ਤੇ ਉਸ ਦੀ ਫੋਟੋ ਵੀ ਖਿੱਚ ਦਿੱਤੀ ਗਈ ਤੇ ਉਸ ਟਾਈਮ ਅਸੀਂ ਅਖਬਾਰ ਦੇ ਵਿੱਚ ਛਾਪੀ ਪਰ ਬਾਅਦ ਵਿੱਚ ਅਜੀਤ ਸਿੰਘ ਸੰਧੂ ਦੇ ਉੱਤੇ ਪਤਾ ਨਹੀਂ ਕਿਸ ਤਰ੍ਹਾਂ ਦਾ ਦਬਾਅ ਪਿਆ ਕੀ ਹੋਇਆ ਕੀ ਨਹੀਂ ਹੋਇਆ ਬਾਅਦ ਵਿੱਚ ਉਹਨੇ ਖੁਦਕੁਸ਼ੀ ਕਰ ਲਈ ਰੇਲ ਦੇ નીચે ਜਾਂ ਕੋਈ ਇਦਾਂ ਦਾ ਹਾਂਜੀ ਟ੍ਰੇਨ ਦੇ ਹੇਠਾਂ ਆ ਗਿਆ ਸੀਗਾ ਤੇ ਇਸ ਗੱਲ ਕਰਕੇ ਜਿਹੜਾ ਅਜੀਤ ਸਿੰਘ ਸੰਧੂ ਹੈ ਉਸ ਦਾ ਮੇਨ ਕਲਪਰੇਟ ਸੀਗਾ ਤੇ ਇਸ ਦੇ ਨਾਲ ਜਿਹੜੇ ਹੋਰ ਵੀ ਜਿੰਨੇ ਵੀ ਪੋਰਸਾਰੇ ਸੀਗੇ ਉਹ ਉਹਨਾਂ ਨੇ ਵੀ ਜਿਹੜਾ ਹੈਗਾ ਉਹਨਾਂ ਦਾ ਵੀ ਪਤਾ ਲੱਗਣ ਲੱਗ ਪਿਆ ਜਾਂਚ ਤੋਂ ਪਤਾ ਲੱਗਣ ਪਿਆ ਉਹਨਾਂ ਨੂੰ ਬਾਅਦ ਵਿੱਚ ਸਜ਼ਾ ਵੀ ਹੋ ਗਈ। ਅੱਛਾ ਦੱਸ ਜੀ ਆਪਾਂ ਗੱਲ ਜਿਹੜੀ ਕਾਫੀ ਤੁਸੀਂ ਲੰਬੇ ਵਿਸਥਾਰ ਨਾਲ ਦੱਸਿਆ ਕਿ ਆਖਿਰ ਜਸਵੰਤ ਸਿੰਘ ਖਾਲੜਾ ਕੌਣ ਸੀ। ਹੁਣ ਗੱਲ ਫਿਲਮ ਦੀ ਆ ਰਹੀ ਹੈ। ਜਦੋਂ ਇੱਕ ਫਿਲਮ ਬਣ ਗਈ ਹੈ ਤਾਂ ਸੈਂਸਰ ਬੋਰਡ ਦੇ ਇੰਨੇ ਕੱਟ ਲਾਉਣੇ ਤੁਸੀਂ ਕਿੱਥੋਂ ਤੱਕ ਸਹੀ ਸਮਝਦੇ ਹੋ ਕਿ ਜਿਹੜਾ ਮੇਨ ਕਿਰਦਾਰ ਹੈ ਜੀ ਜਸਵੰਤ ਸਿੰਘ ਖਾਲੜਾ ਅਗਰ ਉਹਦਾ ਨਾਮ ਹਟਾ ਦਿੱਤਾ ਜਾਏਗਾ ਉਹਦਾ ਨਾਮ ਨਹੀਂ ਲਿਆ ਜਾਏਗਾ ਤਾਂ ਫਿਰ ਫਿਲਮ ਦਾ ਆਧਾਰ ਕੀ ਰਹਿ ਜਾਏਗਾ ਜਦੋਂ ਇੱਕ ਫਿਲਮ ਦਾ ਨਾਮ ਪੰਜਾਬ 95 ਤੇ ਸਤਲੁਜ 9095 ਹਟਾਓ ਤੇ ਸਤਲੁਜ ਰੱਖ ਲਓ ਤਾਂ ਇਹ ਦੋਨਾਂ ਫਰਕ ਕੀ ਹੈ ਕੀ ਸਮਝਦੇ ਕੀ ਹੋਈ ਸੀ ਇਹਨੂੰ ਕਿ ਕਿਵੇਂ ਦੇਖਿਆ ਜਾ ਰਿਹਾ ਫਿਲਮ ਨੂੰ ਦੇਖੋ ਇਸ ਗੱਲ ਦੇ ਉੱਤੇ ਫੇਰ ਬਾਅਦ ਵਿੱਚ ਆਉਨੇ ਆ ਮੈਂ ਤੁਹਾਨੂੰ ਇੱਕ ਹੋਰ ਵੀ ਦੱਸ ਦਵਾਂ ਜਸਵੰਤ ਸਿੰਘ ਖਾਲੜਾ ਨੇ ਇੱਕ ਡਾਇਰੀ ਲਿਖੀ ਸੀ ਤੇ ਉਸ ਡਾਇਰੀ ਅਨੁਸਾਰ ਜਿਹੜੇ ਜਿਹੜੇ ਵੇਰਵੇ ਸੀਗੇ ਉਸ ਨੇ ਅਮਰੀਕਾ ਕੈਨੇਡਾ ਬਰਤਾਨੀਆਂ ਤੇ ਹੋਰ ਜਿਹੜੀਆਂ ਬਾਹਰੀਆਂ ਪਾਰਲੀਮੈਂਟਸਗੇ ਉੱਥੇ ਤੱਕ ਪੁੱਛਾ ਦਿੱਤੇ ਸੀਗੇ ਪਰ ਉਸ ਸਮੇਂ ਨਾ ਭਾਰਤ ਸਰਕਾਰ ਵੀ ਬਹੁਤ ਜ਼ਿਆਦਾ ਡਰ ਗਈ ਸੀ ਤੇ ਹੁਣ ਜਿਸ ਤਰੀਕੇ ਨਾਲ ਹੁਣ ਸੈਂਸਰ ਬੋਰਡ ਨੇ ਇਸ ਫਿਲਮ ਦੇ ਉੱਤੇ ਕੱਟ ਲਾ ਦਿੱਤੇ ਆ ਤੇ ਉਸ ਕੱਟ ਦਾ ਜਿਹੜਾ ਕਾਰਨ ਹੈ ਇਹ ਤਾਂ ਹੁਣ ਸੈਂਸਰ ਬੋਰਡ ਹੀ ਦੱਸ ਸਕਦਾ ਹੈ ਵੀ ਇਹ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਕੱਟ ਲਾਉਣ ਲਈ ਕਿਹਾ ਹੈ ਤੇ ਨਾਮ ਬਦਲਣ ਵਾਸਤੇ ਕਿਉਂ ਕਿਹਾ ਹੈ ਏ ਵੀ ਆਪਣੇ ਆਪ ਦੇ ਵਿੱਚ ਬਹੁਤ ਪੰਜਾਬ 95 ਦੂਜੇ ਪਾਸੇ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਦੋਨੋਂ ਫਿਲਮਾਂ ਬਵਾਦਾਂ ਚ ਹੈ ਤੇ ਦੋਨੋਂ ਫਿਲਮਾਂ ਨੂੰ ਹੀ ਸੈਂਸਰ ਬੋਰਡ ਤੇ ਫਸਿਆ ਹੋਈਆਂ ਨੇ ਫਿਲਮਾਂ ਕੰਪਲੀਟ ਆ ਪੂਰੀਆਂ ਹੋ ਚੁੱਕੀਆਂ ਨੇ ਸਿਰਫ ਰਿਲੀਜ਼ ਹੋਣ ਦੀ ਉਡੀਕ ਹੈ ਪਰ ਦੋਨਾਂ ਫਿਲਮਾਂ ਦੇ ਉੱਪਰ ਵੱਡੇ ਵੱਡੇ ਕੱਟ ਲੱਗਣ ਦੀ ਗੱਲਬਾਤ ਕਹੀ ਜਾ ਕੁਝ ਭਾਈਚਾਰੇ ਵੱਲੋਂ ਪਰ ਜਿਹੜੀ ਪੰਜਾਬ 95 ਆ ਮੈਨੂੰ ਲੱਗਦਾ ਨਹੀਂ ਅਜੇ ਤੱਕ ਪੰਜਾਬ 95 ਦੇ ਖਿਲਾਫ ਕਿਸੇ ਰੋਸ ਪ੍ਰਦਰਸ਼ਨ ਕੀਤਾ ਹੋਵੇ ਜਾਂ ਕਿਸੇ ਨੇ ਇਹ ਕਿਹਾ ਹੋਵੇ ਕਿ ਫਿਲਮ ਦੇ ਵਿੱਚ ਇਹ ਕੱਟ ਜਿਹੜਾ ਕੱਟ ਦਿਓ ਜਾਂ ਇਹ ਕੋਲ ਆ ਰਿਹਾ ਹੈ ਕਿ ਸੈਂਸਰ ਬੋਰਡ ਕਿਸ ਦਾ ਹੈ ਉਹ ਵੀ ਕੇਂਦਰ ਦਾ ਹੀ ਹੈ ਨਾ ਉਹਨੇ ਕੇਂਦਰ ਦੇ ਇਸ਼ਾਰੇ ਦੇ ਉੱਤੇ ਚੱਲਣਾ ਹੈ ਤੇ ਦੂਜੇ ਪਾਸੇ ਜਿਹੜੀ ਐਮਰਜੈਂਸੀ ਹੈ ਉਸ ਦੇ ਸੰਬੰਧ ਵਿੱਚ ਇਹ ਹੋ ਸਕਦਾ ਹੈ ਕਿ ਕੇਂਦਰ ਵੱਲੋਂ ਇਸ਼ਾਰਾ ਹੋਵੇ ਸੈਂਸਰ ਬੋਰਡ ਨੂੰ ਵੀ ਤੁਸੀਂ ਐਮਰਜੈਂਸੀ ਬਾਰੇ ਵੀ ਕੁਝ ਇਸ ਤਰ੍ਹਾਂ ਕਰ ਲਓ ਤੇ ਜਿਹੜਾ ਹੈ ਆਪਣਾ ਜਸਵੰਤ ਸਿੰਘ ਖਾਲੜਾ ਦੇ ਸਬੰਧ ਵਿੱਚ ਜਿਹੜੀ ਫਿਲਮ ਬਣ ਰਹੀ ਹੈ ਉਹ ਸਬੰਧ ਵਿੱਚ ਵੀ ਇਸ ਤਰ੍ਹਾਂ ਦਾ ਇਸ਼ਾਰਾ ਹੋ ਸਕਦਾ ਹੈ ਬਾਕੀ ਇਹ ਹੈ ਕਿ ਸਤਲੁਜ ਐਸੀ ਮੰਨਦੇ ਆ ਕਿ ਸਾਡੇ ਬਹੁਤ ਦਰਿਆਏ ਬਹੁਤ ਅਜ ਤੋਂ ਨਹੀਂ ਹੈ ਸਦੀਆਂ ਤੋਂ ਪੰਜਾਬ ਦਾ ਇੱਕ ਹਿੱਸਾ ਰਿਹਾ ਹੈ ਤੇ ਸਤਲੁਜ ਇੱਕ ਦਰਿਆ ਹੈ ਤੇ ਇਸ ਦੇ ਵਿੱਚ ਨਿਆਂ ਜਾਂ ਅਨਿਆਂ ਨਾ ਇਨਸਾਫੀ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਇਹ ਲੋਕਾਂ ਦਾ ਢਿੱਡ ਭਰਦਾ ਹੈ ਲੋਕਾਂ ਨੂੰ ਪਾਣੀ ਦਿੰਦਾ ਹੈ ਇਹ ਸਾਰ ਕੁਝ ਦਿੰਦਾ ਹੈ ਪਰ ਜਿਹੜੀ ਇਹ ਫਿਲਮ ਹੈ ਇਹ ਨਿਆਂ ਵਿਵਸਥਾ ਜਿਹੜਾ ਸਿੱਖਾਂ ਦੇ ਨਾਲ ਅਨਿਆਂ ਹੋਇਆ ਉਸ ਸਮੇਂ ਦੇ ਜਿਹੜੇ ਪੁਲਿਸ ਅਧਿਕਾਰੀ ਸੀਗੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਕਾਣ ਕਾਣ ਕੀਤਾ ਉਹ ਉਸ ਦੇ ਸਬੰਧ ਵਿੱਚ ਹੈ ਇਸ ਗੱਲ ਕਰਕੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਸਤਲੁਜ ਦਾ ਜਿਹੜਾ ਨਾਮ ਦੇਣਾ ਕੋਈ ਇਹ ਕੋਈ ਚੰਗੀ ਗੱਲ ਹੋਊਗੀ ਕਿਉਂਕਿ ਸਤਲੁਜ ਜੇਕਰ ਤੁਸੀਂ ਕਿਸੇ ਵੀ ਚੀਜ਼ ਦਾ ਗਲਤ ਟਾਈਟਲ ਦੇ ਦਿੰਦੇ ਹੋ ਤੇ ਉਹ ਅਗਲਾ ਇਹ ਸਮਝੂਗਾ ਕਿ ਪਾਣੀ ਦੇ ਸਬੰਧ ਵਿੱਚ ਹੈ ਉਹਨਾਂ ਕਿਸੇ ਨੂੰ ਇਹ ਕੀ ਪਤਾ ਹੋਊਗਾ ਕਿ ਇਹ ਜਸਵੰਤ ਸਿੰਘ ਖਾਲੜਾ ਦੇ ਬਾਰੇ ਹੈ ਇਹ ਕਹਿ ਸਕਦਾ ਵੀ ਪੰਜਾਬ ਦੇ ਵਿੱਚ ਪਾੜੀਆਂ ਦਾ ਵਿਵਾਦ ਚੱਲ ਰਿਹਾ ਹੈ ਤੇ ਇਹ ਪਾਣੀਆਂ ਦੇ ਵਿਵਾਦ ਦੇ ਸਬੰਧ ਵਿੱਚ ਹੋ ਸਕਦੀ ਹੈ ਇਸ ਗੱਲ ਕਰਕੇ ਇਹ ਕੋਈ ਤਰਕ ਸੰਗਤ ਨਹੀਂ ਹੈਗਾ ਕਿ ਇਸ ਦਾ ਨਾਮ ਜਿਹੜਾ ਹੈਗਾ ਸਤਲੁਜ ਰੱਖਿਆ ਜਾਵੇ ਤੇ ਮੇਨ ਮਾਤੇ ਜਸਵੰਤ ਸਿੰਘ ਖਾਲੜਾ ਦੇ ਆਧਾਰ ਤੇ ਤੇ ਲੱਗਦਾ ਹੈ ਕਿ ਜਸਵੰਤ ਸਿੰਘ ਖਾਲੜਾ ਨਾਮ ਹੀ ਜਿਹੜਾ ਠਗਮਾ ਸ਼ਬਦ ਤਾਂ ਆਪਣੇ ਹੀ ਕਹਿ ਸਕਦੇ ਆ ਜੀ 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 ਸਹੀ ਹੈ ਤੇ ਜਿਹੜਾ ਜਸਵੰਤ ਸਿੰਘ ਖਾਲੜਾ ਹੈ ਉਸ ਦਾ ਉਸ ਦੇ ਜੀਵਨ ਦੇ ਆਧਾਰ ਦੇ ਉੱਤੇ ਇਹ ਫਿਲਮ ਬਣੀ ਹੈ ਤੇਕਰ ਅਸੀਂ ਕਿਸੇ ਹੋਰ ਬੰਦੇ ਦਾ ਨਾਮ ਲੈ ਰੱਖ ਦੋ ਨਿਆ ਹੁਣ ਜਿਵੇਂ ਐਮਰਜੈਂਸੀ ਦੀ ਗੱਲ ਹੈ ਐਮਰਜੈਂਸੀ ਦੇ ਵਿੱਚ ਇੰਦਰਾ ਗਾਲ ਦੀ ਦਾ ਨਾ ਕਿਸੇ ਹੋਰ ਤਰ੍ਹਾਂ ਬਦਲ ਦਿਆ ਦਿੱਤਾ ਜਾਵੇ ਫਿਰ ਉਹ ਫਿਲਮ ਦਾ ਕੀ ਮੈਨਾ ਰਹੇਗਾ ਜੇ ਜਸਵੰਤ ਸਿੰਘ ਦਾ ਨਾਮ ਅਸੀਂ ਬਦਲ ਦੇ ਗਏ ਦਵਾਂਗੇ ਤਾਂ ਇਸ ਫਿਲਮ ਦਾ ਕੋਈ ਮੈਨਾ ਨਹੀਂ ਰਹਿ ਸਕਦਾ ਹੈਗਾ ਠੀਕ ਹੈ ਦਰਸ਼ਕੋ ਫਿਲਮ ਇੱਕ ਪਾਸੇ ਐਮਰਜੈਂਸੀ ਦੂਜੇ ਪਾਸੇ ਫਿਲਮ ਪੰਜਾਬ 95 ਦੋਨੋਂ ਫਿਲਮਾਂ ਸੈਂਸਰ ਬੋਰਡ ਕੋਲ ਵਿਚਾਰ ਅਧੀਨ ਹੈ ਦੋਨੋਂ ਫਿਲਮਾਂ ਦੇ ਉੱਪਰ ਕੱਟ ਲੱਗਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਇੱਕ ਫਿਲਮ ਉਹ ਜਿਸ ਦੇ ਵਿੱਚ ਪੰਜਾਬ ਦੇ ਖਾਸ ਕਰਕੇ ਸਿੱਖਾਂ ਨੂੰ ਜਿਹੜਾ ਕਾਫੀ ਉਹਨਾਂ ਦੇ ਜਿਹੜਾ ਉਹਨਾਂ ਤੇ ਤੋਚ ਕੀਤਾ ਜਾ ਰਿਹਾ ਉਹਨਾਂ ਦੇ ਜਿਹੜਾ ਕਿਰਦਾਰ ਆ ਉਹਨੂੰ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਦੂਜੇ ਪਾਸੇ ਪੰਜਾਬ 95 ਫਿਲਮ ਜਿਹੜੀ ਪੰਜਾਬ ਦੇ ਹਾਲਾਤਾਂ ਨੂੰ ਦਰਸਾ ਰਹੀ ਹੈ ਫਿਲਮ ਉਹਦੇ ਉੱਪਰ ਜਿਹੜੇ ਵੱਡੇ ਵੱਡੇ ਕੱਟ ਲੱਗਣੇ ਔਰ 80 ਕੱਟਾਂ ਨੂੰ ਵਧਾ ਕੇ 120 ਤੇ ਲੈ ਜਾਣਾ ਔਰ ਉਹਦਾ ਨਾਮ ਬਦਲ ਦੇਣਾ ਕਿੱਥੋਂ ਤੱਕ ਸਹੀ ਹੈ ਕਿੱਥੋਂ ਤੱਕ ਗਲਤ ਹੈ ਇਹ ਤਾਂ ਲੋਕ ਦੱਸ ਸਕਦੇ ਨੇ ਦਰਸ਼ਕ ਦੱਸ ਸਕਦੇ ਨੇ ਜਾਂ ਇਸ ਸੈਂਸਰ ਬੋਰਡ ਇਸ ਨੂੰ ਦੱਸ ਸਕਦਾ ਹੈ ਸੋ ਕੱਲ ਕਿਸੇ ਹੋਰ ਮੁੱਦੇ ਦੇ ਲੈ ਕੇ ਗੱਲਬਾਤ ਕਰਾਂਗੇ ਉਹ ਤੱਕ ਲਈ ਮੈਨੂੰ ਤੇ ਮੇਰੇ ਸਹਿਯੋਗੀਆਂ ਨੂੰ ਦਿਓ ਜ ਅੱਜ ਧੰਨਵਾਦ ਸਤਿ ਸ਼੍ਰੀ ਅਕਾਲ